ਵਾਰਮ ਵੈਲਕਮ ਟੂ ਬ੍ਰਿਲਸ ਇੰਗਲਿਸ਼ ਲੈਕਚਰ ਇਹ ਲੈਕਚਰ ਤੁਹਾਡੀ ਇੰਗਲਿਸ਼ ਸਪੀਕਿੰਗ ਸਕਿਲਸ ਨੂੰ ਸ਼ਾਪਨ ਕਰਨ ਦੇ ਲਈ ਤਿਆਰ ਕੀਤਾ ਗਿਆ ਹੈ ਬ੍ਰਿਲਸ ਐਕਸਪ੍ਰੈਸ ਨਿਊਜ਼ਪੇਪਰ ਦੇ ਦੁਆਰਾ ਤਾਂ ਸਟੂਡੈਂਟਸ ਸਭ ਤੋਂ ਪਹਿਲਾਂ ਆਪਾਂ ਕਰਦੇ ਹਾਂ ਉਹ ਵਰਡਸ ਜੋ ਸਪੋਕਨ ਇੰਗਲਿਸ਼ ਦੇ ਵਿੱਚ ਮਾਡਰਨ ਇੰਗਲਿਸ਼ ਦੇ ਵਿੱਚ ਬਹੁਤ ਯੂਜ਼ ਕੀਤੇ ਜਾਂਦੇ ਹਨ ਤਾਂ ਸਾਡਾ ਅੱਜ ਦਾ ਫਰਸਟ ਵਰਡ ਹੈ ਇਹਨੂੰ ਨੋਟ ਕਰ ਲੈਣਾ ਹੈ ਵੀ ਏ ਸੀ ਏ ਵਾਈ ਆਓ ਦਿਸ ਇਜ਼ very very important bahut important shabda hai w a c a y ਆਪਾਂ ਆਰਾਮ ਨਾਲ ਸਿੱਖਾਂਗੇ ਕਿ ਇਹਨਾਂ ਨੂੰ ਆਪਾਂ ਨੇ ਕਿਦਾਂ ਯੂਜ਼ ਕਰਨਾ ਹੈ ਸਾਡੀ ਸਪੋਕਨ ਇੰਗਲਿਸ਼ ਦੇ ਵਿੱਚ ਐਂਡ ट्रस्ट मी ਇਟ will be very very helpful ਇਹ ਕਲਾਸ ਤੁਹਾਡੇ ਲਈ ਬਹੁਤ ਹੈਲਪਫੁਲ ਹੋਏਗੀ ਤਾਂ ਸਾਡੇ ਕੋਲੇ ਸ਼ਬਦ ਹੈ w a c a y ਸਭ ਤੋਂ ਪਹਿਲੀ ਗੱਲ ਇਹਦਾ ਉਚਾਰਨ ਕੀ ਹੈ ਕੀ ਕਹੋਗੇ ਤੁਸੀਂ ਇਹਨੂੰ ਚਲੋ ਮੈਂ ਦੱਸਦਾ ਹਾਂ ਇਹਦਾ ਸਹੀ ਉਚਾਰਨ ਹੈ ਵੇਕੇ ਕੀ ਹੈ ਦਾ ਉਚਾਰਨ ਵੇਕੇ ਮੈਂ ਫਿਰ ਬੋਲਦਾ ਹਾਂ ਵੇਕੇ ਹੁਣ ਇਹ ਵੇਕੇ ਕੀ ਹੁੰਦਾ ਹੈ ਆਪ ਆਪ ਸਿੱਖੀਏ ਸਟੂਡੈਂਟਸ ਇਹ ਜਿਹੜਾ ਸ਼ਬਦ ਹੈ ਵੇਕੇ ਇਹ ਅਸਲ ਦੇ ਵਿੱਚ ਵਕੇਸ਼ਨ ਦੀ ਹੀ ਇੱਕ ਸ਼ਾਰਟ ਫਾਰਮ ਹੈ ਤੁਸੀਂ ਵਕੇਸ਼ਨ ਵਰਡ ਜ਼ਰੂਰ ਸੁਣਿਆ ਹੋਵੇਗਾ ਪਰ ਮਾਡਰਨ ਇੰਗਲਿਸ਼ ਦੇ ਵਿੱਚ ਵਕੇਸ਼ਨ ਵਾਸੀ ਅੱਜਕਲ ਵਕੇ ਬਹੁਤ ਕਹਿੰਦੇ ਆ ਆਪਣੀ ਸਪੋਕਨ ਇੰਗਲਿਸ਼ ਦੇ ਵਿੱਚ ਵਕੇ ਮੀਨਸ ਵਕੇਸ਼ਨ ਛੁੱਟੀ ਤਾਂ ਆਓ ਇਹਨੂੰ ਹੋਰ ਸਮਝਣ ਦੇ ਲਈ ਆਪਾਂ ਇੱਕ ਸੈਂਟੈਂਸ ਬਣਾਈਏ ਇੱਕ ਐਗਜ਼ਾਮਪਲ ਲਈਏ ਕਿਉਂਕਿ ਬਿਨਾ ਐਗਜ਼ਾਮਪਲ ਤੋਂ ਅਸੀਂ ਇਹਨੂੰ ਯਾਦ ਨਹੀਂ ਰੱਖ ਸਕਾਂਗੇ ਤਾਂ ਆਓ ਆਪਾਂ ਐਗਜ਼ਾਮਪਲ ਲਈਏ ਐਗਜ਼ਾਮਪਲ ਦੇ ਨਾਲ ਤੁਹਾਨੂੰ ਚੀਜ਼ਾਂ ਹੋਰ ਕਲੀਅਰ ਹੋ ਜਾਣਗੀਆਂ ਮੰਨ ਲਓ ਸਾਡੇ ਕੋਲ ਇੱਕ ਸੈਂਟੈਂਸ ਹੈ ਹੀ ਵੈਂਟ ਟੂ ਹੀ ਵੈਂਟ ਟੂ ਬਲੀ

ਇੱਕ ਹੋਰ ਐਗਜ਼ਾਮਪਲ ਲਈ ਆਪਾਂ ਵੇਕੇ ਦੀ ਆਪਾਂ ਇਹਨੂੰ ਚੰਗੀ ਤਰ੍ਹਾਂ ਸਿੱਖਣਾ ਹੈ ਵੇਕੇ ਮੀਨਸ ਵਕੇਸ਼ਨ ਤਾਂ ਆਓ ਆਪਾਂ ਇੱਕ ਹੋਰ ਐਗਜ਼ਾਮਪਲ ਲਈਏ ਆਪਾਂ ਇਹ ਵੀ ਕਹਿ ਸਕਦੇ ਆ ਇੱਥੇ ਦਿਸ ਹੋਟਲ ਇਹਨੂੰ ਹੋਟਲ ਨਹੀਂ ਕਹਣਾ ਆਪਾਂ ਨੇ ਇੰਗਲਿਸ਼ ਦੇ ਵਿੱਚ ਬਹੁਤ سارے ਲੋਕ ਇਹਨੂੰ ਬੋਲ ਦਿੰਦੇ ਹਨ ਹੋਟਲ ਨੋ ਦਿਸ ਇਜ਼ ਹੋਟਲ ਦਿਸ ਹੋਟਲ ਇਜ਼ ਅ ਨਾਈਸ ਪਲੇਸ ਦਿਸ ਹੋਟਲ ਇਜ਼ ਅ ਨਾਈਸ ਪਲੇਸ ਫਾਰ ਫੈਮਿਲੀ ਵੇਕੇ this hotel is a nice place for family vacate inu not karo students this is very very important extremely important this hotel is a nice place for family vacation matlab clear hai ke a hotel hai punjabi de vich aap enu hotel keh dende but when it comes to english it's hotel ek nice jagah hai bahut badhiya jagah hai family vacation de matlab ਫੈਮਿਲੀ ਨਾਲ ਜੇ ਆਪਾਂ ਛੁੱਟੀਆਂ ਇੱਥੇ ਮਨਾਉਣੀਆਂ ਹਨ ਤਾਂ ਦਿਸ ਹੋਟਲ ਇਜ਼ ਅ ਨਾਈਸ ਪਲੇਸ ਤਾਂ ਅੱਜ ਆਪਾਂ ਸਿੱਖਿਆ ਵਕੇਸ਼ਨ ਨੂੰ ਆਪਾਂ ਕੀ ਕਹਿ ਸਕਦੇ ਹਾਂ ਵਕੇਏ ਓਕੇ ਸਪੁਰਟ ਵਕੇੇ ਤੋਂ ਅੱਗੇ ਸਾਡਾ ਅੱਜ ਦਾ ਸੈਕੰਡ ਵਰਡ ਹੈ ਜੋ ਕਿ ਸਪੋਕਨ ਇੰਗਲਿਸ਼ ਦੇ ਵਿੱਚ ਬਹੁਤ ਜ਼ਿਆਦਾ ਯੂਜ਼ ਹੁੰਦਾ ਹੈ ਤੇ ਉਹ ਹੈ ਫੇਵ F A V E ਫੇਵ ਹੁਣ ਫੇਵ ਕੀ ਹੁੰਦਾ ਹੈ ਯਾਦ ਰੱਖੋ ਫੇਵ ਅਸਲ ਦੇ ਵਿੱਚ ਫੇਵ ਅਸਲ ਦੇ ਵਿੱਚ ਫੇਵਰਿਟ ਦੀ ਹੀ ਸ਼ਾਰਟ ਫਾਰਮ ਹੈ ਸਟੂਡੈਂਟਸ ਯੈਸ ਫੇਵਰਿਟ ਤਾਂ ਤੁਹਾਨੂੰ ਪਤਾ ਹੀ ਹੈ ਫੇਵਰਿਟ ਮੀਨਸ ਕੀ ਹੁੰਦਾ ਹੈ ਆਪਾਂ ਕਹਿੰਦੇ ਹਾਂ ਫੋਰ ਏਗਜ਼ਾਮਪਲ ਵਿਰਾਟ ਕੋਹਲੀ ਇਜ਼ ਹਿਸ ਫੇਵਰਿਟ ਕ੍ਰਿਕਟਰ ਦਿਸ ਇਜ਼ ਮਾਈ ਫੇਵਰਿਟ Song ਦਿਸ ਇਜ਼ ਮਾਈ ਫੇਵਰਿਟ ਟੀਵੀ ਸ਼ੋ ਤਾਂ ਫੇਵਰਿਟ ਨੂੰ ਤੁਸੀਂ ਸਪੋਕਨ ਇੰਗਲਿਸ਼ ਦੇ ਵਿੱਚ ਮਾਡਰਨ ਇੰਗਲਿਸ਼ ਦੇ ਵਿੱਚ ਫੇਵ ਵੀ ਕਹਿ ਸਕਦੇ ਹੋ कह सकते हो खुद बोल के देखो फेव क्यों ना पाए कि एग्जाम्पल लीए क्योंकि एग्जैंपल ही सू चीज समझ आएगी एग्जाम्पल वेरी इंपॉर्टेंट तो आप कह सकते हैं दिस इज माई दिस इज माई फेव टीवी शो दिस इज माई फेव टीवी शो मीनस येरा फेवरेट टीवी शो है तो तीस ऐदा भी यूज कर सकते हो कि दिस song. ਇਹ ਜਿਹੜਾ ਗਾਣਾ ਹੈ ਮੈਂ ਇੱਕ ਹੋਰ ਐਗਜ਼ਾਮਪਲ ਲੈ ਰਿਹਾ ਹਾਂ ਥਿਸ Song is one of my one of my faves ਜਦੋਂ ਆਪਾਂ ਵਨ ਆਫ ਕਹਿੰਦੇ ਆ ਤੇ ਇੱਥੇ ਪਲੂਰਲ ਦੇ ਵਿੱਚ ਆਪਾਂ ਲਿਖਦੇ ਹੁੰਨੇ ਆ ਥਿਸ Song is one of my faves ਆਪਾਂ ਕਹਿਣਾ ਹੋਵੇ ਯਾਰ ਇਹ ਗਾਣਾ ਤਾਂ ਮੇਰੇ ਫੇਵਰਿਟ ਗਾਣਿਆਂ ਦੇ ਵਿੱਚੋਂ ਇੱਕ ਹੈ ਤਾਂ ਆਪਾਂ ਨੂੰ ਕਹਿ ਸਕਦੇ ਹਾਂ ਥਿਸ Song is one of my faves this song is one of my ਵੇਵਸ ਤਾਂ ਅੱਜ ਆਪਾਂ ਇੱਕ ਨਵੀਂ ਚੀਜ਼ ਸਿੱਖੀ ਫੇਵਰਿਟਸ ਨੂੰ ਆਪਾਂ ਸਪੋਕਨ ਇੰਗਲਿਸ਼ ਦੇ ਵਿੱਚ ਕੀ ਕਹਿ ਸਕਦੇ ਹਾਂ ਵੇਵ ਓਕੇ ਸਟੂਡੈਂਟਸ ਸਪੋਕਨ ਇੰਗਲਿਸ਼ ਦੇ ਵਿੱਚ ਸਾਡਾ ਥਰਡ ਵਰਡ ਹੈ ਪੀਨਟਸ ਪੀ ਈ ਏ ਐਨ ਯੂ ਟੀ ਐਸ ਇਸ ਵਰਡ ਨੂੰ ਸੁਣਦੇ ਹੀ ਦੇਖਦੇ ਹੀ ਤੁਹਾਨੂੰ ਲੱਗੇਗਾ ਕਿ ਇਹ ਸ਼ਬਦ ਤੁਹਾਨੂੰ ਚੰਗੀ ਤਰ੍ਹਾਂ ਆਉਂਦਾ ਹੈ ਤੇ ਆਉਂਦਾ ਵੀ ਹੈ ਇਹਦਾ ਮਤਲਬ ਪਤਾ ਹੀ ਆਪਾਂ ਨੂੰ ਮੂਫਲੀ ਦੀਆਂ ਗਿਰੀਆਂ ਬਟ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਮੂਫਲੀ ਦੀਆਂ ਗਿਰੀਆਂ ਤੋਂ ਬਿਨਾਂ ਵੀ ਸਪੋਕਨ ਇੰਗਲਿਸ਼ ਤੇ ਵਿੱਚ ਪੀਨਸ ਸ਼ਬਦ ਬਹੁਤ ਆਉਂਦਾ ਹੈ ਤਾਂ ਪੀਨਸ ਦਾ ਫਿਰ ਮਤਲਬ ਕੀ ਹੈ ਤਾਂ ਸਟੂਡੈਂਟਸ ਯਾਦ ਰੱਖਣੇ ਤੁਸੀਂ ਪਹਿਲੀ ਗੱਲ ਤਾਂ ਇਹਦਾ ਇੱਕ मीनिंग ਨੋਟ ਕਰ ਲਓ ਅ ਵੈਰੀ ਸਮਾਲ ਅਮਾਉਂਟ ਆਫ ਮਨੀ ਪੈਸੇ ਦੀ ਬਹੁਤ ਛੋਟੀ ਅਮਾਉਂਟ ਨੂੰ ਆਪਾਂ ਕਹਿ ਦਿੰਦੇ ਹਾਂ ਪੀਨਸ ਅ ਵੈਰੀ ਸਮਾਲ ਅਮਾਉਂਟ ਆਫ ਮਨੀ ਪਰ ਜਿੰਨੀ ਦੇਰ ਤੱਕ ਆਪਾਂ ਇਹਦੀ ਐਗਜ਼ਾਮਪਲ ਨਹੀਂ ਲਿਖਾਂਗੇ ਉਨੀ ਦੇਰ ਤੱਕ ਸਾਨੂੰ ਹੋ ਸਕਦਾ ਹੈ ਚੰਗੀ ਤਰ੍ਹਾਂ ਸਮਝ ਨਾ ਆਏ ਕਿ ਫੀਨਸ ਦਾ ਮਤਲਬ ਕੀ ਹੈ ਓਕੇ ਮੈਂ ਇੱਕ ਨਹੀਂ ਤਿੰਨ ਚਾਰ ਉਦਾਹਰਨਾਂ ਦੇਵਾਂਗਾ ਤੁਹਾਨੂੰ ਮੰਨ ਲਓ ਆਪਾਂ ਕਿਸੇ ਨੂੰ ਪੁੱਛਣਾ ਹੋਵੇ ਯਾਰ ਤੇਰੀ ਸੈਲਰੀ ਕਿੰਨੀ ਹੈ ਤੇ ਦੂਜੇ ਬੰਦੇ ਨੇ ਕਹਿਣਾ ਹੋਵੇ ਯਾਰ ਕਿਹੜੀ ਸੈਲਰੀ ਯਾਰ ਬਹੁਤ ਥੋੜੀ ਜਿਹੀ ਮਿੰਟਾ ਅਮਾਉਂਟ ਮਿਲਦੀ ਹੈ ਇਸ ਕੰਮ ਦੇ ਲਈ ਤਾਂ ਆਪਾਂ ਨੂੰ ਇਹ ਕਹਿ ਸਕਦੇ ਹਾਂ ਉਹ ਇਨਸਾਨ ਇਹ ਕਹਿ ਸਕਦਾ ਹੈ his my ਕੋਈ ਵੀ ਆਪਾਂ స్టార్ਟ ਕਰ ਸਕਦੇ ਹਿਸ ਸੈਲਰੀ ਇਜ਼ ਪੀਨट्स ਜੇ ਉਹ ਖੁਦ ਬੋਲੇਗਾ ਤਾਂ ਉਹ ਕਹੇਗਾ oh my salary is peanuts ਜੇ ਆਪਾਂ ਉਹਦੇ ਬਾਰੇ ਕਵਾਂਗੇ ਤਾਂ ਆਪਾਂ ਕਵਾਂਗੇ oh his salary is peanuts ਤੇ ਉਹ ਆਪਣੇ ਬਾਰੇ ਕੀ ਕਹੇਗਾ oh my salary is peanuts ਕਿਸੇ ਨੂੰ ਆਪਾਂ ਕਹਿਣਾ ਹੋਵੇ ਸਪੋਕਨ ਇੰਗਲਿਸ਼ ਦੀ ਗੱਲ ਹੈ ਯਾਰ ਤੇਰੀ ਜੇਬ ਦੇ ਵਿੱਚ ਹੁਣ ਪੈਸੇ ਕਿੰਨੇ ਨੇ ਤੇ ਮੰਨ ਲਓ ਉਹਨੇ ਇਹ ਕਹਿਣਾ ਹੋਵੇ ਯਾਰ ਅੱਜ ਜਾੜਾ ਪੈਸੇ ਨਹੀਂ ਹਨ ਬਸ ਥੋੜੇ ਬਹੁਤ ਪੈਸੇ ਨੇ शायद ये अपना कम भी ना हो सके तो ये कह सकता है मैं उन्होंने पूछा कि पैसे तेरी जेब तो कह सकता है ओ जस्ट पीनट्स की क्या है मैंने ओ जस्ट पीनट्स जस्ट पीनट्स मीन बस थोड़े बहुत पैसे है तो आओ आप यदि होर एग्जाम्पल सेंटेंस लिखो सारे स्टूडेंट्स आप भी कह सकते हैं द खंपनी द खंपनी फेस हिम peanuts ਇਹਦੇ ਨਾਲ ਪੇ ਸ਼ਬਦ ਵੀ ਤਨੂ ਅਕਸਰ ਮਿਲੇਗਾ the company pays in peanuts for this work ਇਸ ਕੰਮ ਦੇ ਲਈ ਕੰਪਨੀ ਉਹਨੂੰ ਪੇਨਟਸ ਪੇ ਕਰਦੀ ਹੈ ਮਤਲਬ ਸੱਚਮੁੱਚ ਮਹੂਫਲੀਆਂ ਦੀ ਗਿਰੀਆਂ ਨਹੀਂ ਦਿੰਦੀ ਇਹਦਾ ਮਤਲਬ ਹੈ ਕਿ ਕੰਪਨੀ ਇਸ ਕੰਮ ਦੇ ਲਈ ਉਸਨੂੰ ਬਹੁਤ ਘੱਟ ਪੈਸੇ ਦਿੰਦੀ ਹੈ ਤਾਂ ਆਈ ਥਿੰਕ ਇਹ ਤੁਹਾਨੂੰ ਕਲੀਅਰ ਹੋ ਗਿਆ ਚਲੋ ਇੱਕ ਹੋਰ ਐਗਜ਼ਾਮਪਲ ਆਪਾਂ ਕਰ ਲੈਂਦੇ ਹਾਂ ਆਪਾਂ ਨੇ ਮੰਨ ਲਓ ਕਹਿਣਾ ਹੋਵੇ ਕਿ ਯਾਰ ਸਰਕਾਰ ਨੇ ਨਾ ਇੱਕ ਫਾਈਨ ਲਗਾਇਆ ਹੈ ਤੇ ਫਾਈਨ ਹੈ 5 ਰੁਪਏ ਤੇ ਆਪਾਂ ਇਹ ਕਹਿਣਾ ਹੋਵੇ 5 ਰੁਪਏ ਸਿਰਫ 5 ਰੁਪਏ ਯਾਰ ਇਹ ਤਾਂ ਫਾਈਨ ਬਹੁਤ ਘੱਟ ਹੈ ਇਹਦੇ ਨਾਲ ਤਾਂ ਲੋਕਾਂ ਨੇ ਹਟਣਾ ਹੀ ਨਹੀਂ ਹੈ ਕੰਮ ਕਰਨ ਨੂੰ ਫਾਈਨ ਬਹੁਤ ਘੱਟ ਹੈ ਤਾਂ ਆਪਾਂ ਇਹ ਕਹਿ ਸਕਦੇ ਹਾਂ ਓਹ ਦਿਸ ਫਾਈਨਸਟ ਪੀਨट्स ਕਿਉਂ ਨਾ ਆਪਾਂ ਲਿਖ ਲਈਏ ਸੈਂਟੈਂਸ ਨੂੰ ਤਾਂ ਮੈਂ ਇੱਕ ਸੈਂਟੈਂਸ ਇਹ ਲਿਖ ਲਿਆ ਓਹ ਦਿਸ ਫਾਈਨਸਟ ਪੀਨट्स this fun is peanuts means if find the both cutter ta apan ithe pad rahe ha spoken english te vich oh chiza jo bahut important han te saadi spoken english nu bahut vadiya bana dinde han ta ajj apan ne tin words pade is to baad ap agle section te jaavange first apan ne padya wakey wakey means vacation pher apan ne padya fave fave means kisi to si khud bolo favorite ਤੇ ਫੇਰ ਆਪਾਂ ਨੇ ਕੀ ਪੜਿਆ ਇੱਥੇ 피nats 피nats मींस 어 वेरी স্মॉल ਮਾਉਂਟ ਆਫ ਮਨ ਇਨ ਅ ਵਰਡਸ ਟੂ ਵਰਡ ਹੁਣ ਆਪਾਂ ਵਧਦੇ ਹਾਂ ਆਪਣੇ ਸੈਂਟੈਂਸਸ ਵੱਲ ਸਾਡਾ ਫਰਸਟ ਸੈਂਟੈਂਸ ਹੈ ਜੋ ਕਿ ਸਪੋਕਨ ਇੰਗਲਿਸ਼ ਦੇ ਵਿੱਚ ਅਸੀਂ ਆਮ ਯੂਜ਼ ਕਰਦੇ ਹਾਂ ਆਪਾਂ ਉਹ ਇੰਗਲਿਸ਼ ਬਣਾਵਾਂਗੇ ਸਾਡਾ ਫਰਸਟ ਸੈਂਟੈਂਸ ਹੈ ਉਸ ਨੂੰ ਸੰਗੀਤ ਦਾ ਸ਼ੌਕ ਨਹੀਂ ਹੈ ਜੇ ਦੀ ਆਪਾਂ ਇੰਗਲਿਸ਼ ਬਣਾਉਣੀ ਹੈ ਉਸ ਨੂੰ ਸੰਗੀਤ ਦਾ ਸ਼ੌਕ ਨਹੀਂ ਹੈ ਤਾਂ ਮੈਂ ਤੁਹਾਨੂੰ ਇਸ ਕਲਾਸ ਦੇ ਵਿੱਚ वजिया वजिया चीज़ा दसागा वर्ड्स दसाँगा जो कि थोड़ी तो स्पोकन इंग्लिश इंपरूव कर देंगे देखो आम बच्चा इनू किमें बनाएगा उसनों संगीत का शौक नहीं है वह कहेगा ही इज़ नॉट फॉन्ड ऑफ म्यूजिक बिल्कुल ठीक है मैं इनू बिल्कुल भी नहीं कहना गलत है ही इज़ नॉट फॉन्ड ऑफ म्यूजिक वो संगीत दा शौक नहीं है एपसिलूड दी इज नॉट फॉन्ड ऑफ म्यूजिक पर मेरा टारगेट यह है ਜਦੋਂ ਵੀ ਆਪਾਂ ਕਹਿੰਦਾ ਵੇ ਉਹਨੂੰ ਸ਼ੌਕ ਨਹੀਂ ਹੈ ਉਹ ਸ਼ਕੀਰ ਨਹੀਂ ਹੈ ਤਾਂ ਇੱਕਦਮ ਸਾਡੇ ਦਿਮਾਗ ਦੇ ਵਿੱਚ ਜੋ ਐਕਸਪ੍ਰੈਸ਼ਨ ਆਉਂਦਾ ਹੈ ਉਹ ਹੈਵ ਫੌਂਡ ਆਫ ਬਿਲਕੁਲ ਠੀਕ ਹੈ ਪਰ ਤੁਸੀਂ ਯਾਦ ਰੱਖਣਾ ਹੈ ਸਪੋਕਨ ਇੰਗਲਿਸ਼ ਤੇ ਵਿੱਚ ਜਦੋਂ ਆਪਾਂ ਨੇ ਇਹ ਕਹਿਣਾ ਹੋਵੇ ਕਿ 뮤ਜ਼ਿਕ ਦਾ ਸ਼ੌਕ ਨਹੀਂ ਹੈ ਉਹ 뮤ਜ਼ਿਕ ਲਈ ਹੀ ਇੱਕ ਐਕਸਪ੍ਰੈਸ਼ਨ ਹੈ ਆਪਾਂ ਕਹਿਣਾ ਹੋਵੇ ਉਹਨੂੰ 뮤ਜ਼ਿਕ ਦਾ ਸ਼ੌਕ ਨਹੀਂ ਹੈ ਤਾਂ ਆਪਾਂ ਨੂੰ ਐਦਾਂ ਵੀ ਕਹਿ ਸਕਦੇ ਹਾਂ ਦੇਖੋ ਕਹਿੰਦਾ ਇੱਕ ਤਰੀਕਾ ਦੇਖੋ ਤਾਂ ਆਪਾਂ ਇਹ ਕਹਿ ਸਕਦੇ ਹਾਂ ਹੀ ਹੈਜ਼

मान लो आपका कहना हो रैप म्यूजिक पसंद नहीं है ही हैज नो ईयर फॉर रैप म्यूजिक या उन्होंने ना फोक म्यूजिक पसंद नहीं है फोक म्यूजिक का शौक नहीं है आपा He has no ear for folk music. तो आप कहेंगे ही हैज़ नो ईयर फॉर फोक म्यूजिक तो ने याद रखना है आप इतने एक नवीं चीज सीखे ही इज़ नो फॉर ऑफ म्यूजिक ही हैज नो ईयर फॉर म्यूजिक ਚਲਦੇ ਆਪਾਂ ਅਗਲੇ ਸੈਂਟੈਂਸ ਦੇ ਉੱਪਰ ਸੜਾਗਲਾ ਸੈਂਟੈਂਸ ਹੈ ਉਸ ਨੂੰ ਮਿੱਠੀਆਂ ਚੀਜ਼ਾਂ ਦਾ ਬਹੁਤ ਸ਼ੌਂਕ ਹੈ ਉਸ ਨੂੰ ਮਿੱਠੀਆਂ ਚੀਜ਼ਾਂ ਦਾ ਸ਼ੌਂਕ ਹੈ ਸ਼ਕੀਨ ਆਹੋ ਮਿੱਠੀਆਂ ਚੀਜ਼ਾਂ ਖਾਂਦਾ ਤਾਂ ਫਿਰ ਫਿਰ ਇੱਥੇ ਇੱਕ ਨਵਾਂ ਐਕਸਪ੍ਰੈਸ਼ਨ ਆਏਗਾ ਦੇਖੋ ਇੱਕ ਤਾਂ ਪਹਿ ਹੀ ਕਹਾਂਗੇ ਹੀ ਇਜ਼ ਅ ਫੌਂਡ ਆਫ ਉਹ ਸ਼ਕੀਨ ਹੈ ਮਿੱਠੀਆਂ ਚੀਜ਼ਾਂ ਦਾ ਹੀ ਇਜ਼ ਅ ਫੌਂਡ ਆਫ ਸਵੀਟ ਥਿੰਗਸ ਇਹ ਤਾਂ ਆਪਾਂ ਨੂੰ ਸਮਝ ਆਈ ਗਿਆ ਹੀ ਇਜ਼ ਅ ਫੌਂਡ ਆਫ ਸਵੀਟ ਥਿੰਗਸ ਆਪਾਂ ਇਹਨੂੰ ਕਹਿ ਦੇਵਾਂਗੇ he is a fond of sweet things he is fond of sweet things par ithe ek navi cheez dassan ja rahe haan te oh hai students jado aap pa kehna hove ke ohnu mithiyan cheezan khaan da ya mithiyan cheezan da shauk hai taa pa mainu edda keh sakde haan he has taa innu note kar lo students ki likhe aapne he has a sweet tooth yes it's beautiful he has a sweet tooth ਇਹਦਾ ਮਤਲਬ ਇਹ ਨਹੀਂ ਕਿ ਉਹਦਾ ਦੰਦ ਮਿੱਠਾ ਹੈ ਇਹਦਾ ਮਤਲਬ ਹੈ ਕਿ ਉਹਨੂੰ ਮਿੱਠੀਆਂ ਚੀਜ਼ਾਂ ਦਾ ਸ਼ੌਕ ਹੈ he has a sweet tooth ਅੱਛਾ ਜੇ ਆਪਾਂ ਕਿਸੇ ਤੋਂ ਪੁੱਛਣਾ ਹੋਵੇ ਕਿ ਤੁਹਾਨੂੰ ਮਿੱਠੀਆਂ ਚੀਜ਼ਾਂ ਦਾ ਸ਼ੌਕ ਹੈ ਤਾਂ ਆਪਾਂ ਉਹਨੂੰ ਕਿਦਾਂ ਕਵਾਂਗੇ do you have a sweet tooth ਕੀ ਕਵਾਂਗੇ ਬੋਲੋ ਤੁਸੀਂ ਖੁਦ ਬੋਲ ਕੇ ਦਿਖਾਓ do you have a sweet tooth ਤੇ ਜੇ ਆਪਾਂ ਆਪਣੇ ਵਾਸਤੇ ਕਹਿਣਾਵੇ ਮੈਨੂੰ ਮਿੱਠੀਆਂ ਚੀਜ਼ਾਂ ਦਾ ਸ਼ੌਕ ਹੈ ਤਾਂ ਮੈਂ ਕਹੂੰਗਾ ਆਈ ਹੈਵ ਅ ਸਵੀਟ ਟੂਥ ਮੈਨੂੰ ਮਿੱਠੀਆਂ ਚੀਜ਼ਾਂ ਦਾ ਸ਼ੌਕ ਨਹੀਂ ਹੈ ਜੇ ਆਪਾਂ 네ਗੇਟਿਵ ਕਹਿਣਾ ਹੋਵੇ ਮੈਨੂੰ ਮਿੱਠੀਆਂ ਚੀਜ਼ਾਂ ਦਾ ਸ਼ੌਕ ਨਹੀਂ ਹੈ ਤਾਂ ਮੈਨੂੰ ਕਿਦਾਂ ਕਹਾਂਗਾ ਆਈ ਡੋਨਟ ਹੈਵ ਅ ਸਵੀਟ ਟੂਥ ਆਈ ਡੋਨਟ ਹੈਵ ਅ ਸਵੀਟ ਟੂਥ ਆਈ ਡੋਨਟ ਹੈਵ ਅ ਸਵੀਟ ਟੂਥ ਚਲੋ ਬੈਕ ਟੂ தி ਸੈਂਟੈਂਸ ਦਸ ਸਾਡੇ ਕੋਲ ਇਹ ਸੈਂਟੈਂਸੀ ਉਹਨੂੰ ਮਿੱਠੀਆਂ ਚੀਜ਼ਾਂ ਦਾ ਸ਼ੌਕ ਹੈ ਹੀ ਇਜ਼ ਅ ਫੌਂਡ ਆਫ ਸਵੀਟ ਥਿੰਗਸ ਸਾਰੇ ਬੋਲਦੇ ਨੇ बिल्कुल ठीक है पर आप नवी चीज़ की सीखी आज आपने सीखिया ही हैज स्वीट सेंटेंस बर्गर स्वाद सी स्वाद शब्द सुनते ही साढ़े दिमाग विच पहला वर्ड आता है टेस्टी बर्गर स्वाद सी तो आप इंग्लिश ऐसा मना देंगे हाँ द बर्गर वॉज टेस्टी लेकिन आज दी इस कलास के ਮੈਂ ਤੁਹਾਨੂੰ ਕੁਝ ਹੋਰ ਚੀਜ਼ਾਂ ਵੀ ਦੱਸਣ ਜਾ ਰਿਹਾ ਹਾਂ ਜੋ ਕਿ ਉਹ ਸ਼ਬਦ ਜੋ ਟੇਸਟੀ ਦੀ ਬਜਾਏ ਤੁਸੀਂ ਯੂਜ਼ ਕਰ ਸਕਦੇ ਹੋ ਟੇਸਟੀ ਦਾ ਮਤਲਬ ਸਵਾਦ ਤਾਂ ਆਓ ਆਪਾਂ ਦੇਖੀਏ ਅਸੀਂ ਟੇਸਟੀ ਦੀ ਬਜਾਏ ਹੋਰ ਕਿਹੜੇ-ਕਿਹੜੇ ਵਰਡਸ ਸਪੋਕਨ ਇੰਗਲਿਸ਼ ਦੇ ਵਿੱਚ ਯੂਜ਼ ਕਰ ਸਕਦੇ ਹਾਂ ਆਪ ਲਿਸਟ ਬਣਾਈਏ ਸਾਡੇ ਕੋਲੇ ਫਸਟ ਵਰਡ ਹੈ ਡੀ ای ਐਲ ਆਈ ਸੀ ਆਈ ਓ ਯੂ ਐਸ ਸਾਰਿਆਂ ਨੂੰ ਤੁਹਾਨੂੰ ਜ਼ਰੂਰ ਆਉਂਦਾ ਹੋਵੇਗਾ ਪਰ ਮੈਂ ਫਿਰ ਇੱਕ ਚੀਜ਼ ਦੱਸ ਦਿੰਦਾ ਹਾਂ ਬਹੁਤ ਵਾਰੀ ਸਟੂਡੈਂਟਸ ਇਹਦਾ ਉਚਾਰਨ ਗਲਤ ਕਰਦੇ ਹਨ ਇਹਨੂੰ ਕਹਿੰਗੇ ਡਿਲੀਸ਼ੀਅਸ ਇਹ ਡਿਲੀਸ਼ੀਅਸ ਨਹੀਂ ਹੁੰਦਾ ਫਿਰ ਕੀ ਹੁੰਦਾ ਹੈ ਬੱਚੇ ਇਹਨੂੰ ਆਮ ਤੌਰ ਤੇ ਸਟੂਡੈਂਟਸ ਇਹਨੂੰ ਕਹਿੰ ਰਹੇ ਹੁੰਦੇ ਹਨ ਡਿਲੀਸ਼ੀਅਸ ਪਿੱਛੇ ਸ਼ੀਅਸ ਦੀ 사운ਡ ਕੱਢ ਦਿੰਦੇ ਹਨ ਇਟਸ ਰੋਂਗ ਥੋੜਾ ਜਿ ਇਹਨੂੰ ਸਮਝਾ ਦਿੰਦਾ ਹਾਂ ਆਈਟਮ ਇਹ ਸ਼ੀਅਸ ਨਹੀਂ ਹੁੰਦਾ ਲਗਭਗ ਇਹ 사운ਡ ਨਿਕਲਦੇ ਹੈ ਸ਼ਸ डिशियस ना कि डिलीशियस डिलीशियस गलत है कि आएगा इतने डलीशियस डलीशियस मीनस टेस्टी तो एक बार तुम खुद बोल के देखो की आ गया अपने को डिशियस डलीशियस मीनस टेस्टी इतना एक नवी चीज़ और सिखा हाँ इसे ही एक छोटा रूप हों एक वर्गा एक वर्ड हों डी एल आई एस एच yes again spoken english de vich bahut kam onda hai D -E -L -I -S -H, delish e no, delish enu aapan delish bolna hai delish delish means tasty aap kehna ve kida da lagya fir burger oh delish delish means tasty delish tusi khud bol ke dikhao mainu ki ban gaya eh delish okay aage chalde haan aap coffee sade kol e words ne tasty de related number 2 ਸਾਡੀ ਕੋਲੇ ਅਗਲਾ ਸ਼ਬਦ ਹੈ ਤੇ ਉਹ ਵਾਲਾ ਸਾਡਾ ਸ਼ਬਦ ਹੈ ਲਸ਼ਸ L U S C I O U S ਲਸ਼ਸ ਤਾਂ ਤੁਸੀਂ ਨੂੰ ਲਸ਼ਸ ਨਹੀਂ ਕਹਿਣਾ ਸਟੂਡੈਂਟਸ ਲਸ਼ਸ ਨਹੀਂ ਕਹਿਣਾ ਕਿ ਇਹ ਦੇਖੋ ਲਸ਼ਸ ਕਿਦਾਂ ਦਾ ਲੱਗਿਆ 버ગર oh the burger was luscious luscious means tasty okay 3 ਦੇ ਉੱਪਰ ਚੱਲਦੇ ਆਪਾਂ totsum ਇਹ ਤੁਹਾਨੂੰ ਕਾਫੀ ਮਿਲੇਗਾ

ਜਿੰਨੇ ਵੀ ਆਮ ਸ਼ਬਦ ਸਵਾਦਿਸ਼ ਤੇ ਲਈ ਚੱਲਦੇ ਹਨ ਉਹ ਮੈਂ ਤੁਹਾਨੂੰ ਇੱਥੇ ਅੱਜ ਕਰਵਾ ਦਿੰਦਾ ਹਾਂ ਡਿਲੇਕਟੇਬਲ ਇੱਥੇ ਇੱਕ ਚੀਜ਼ ਤੁਸੀਂ ਯਾਦ ਰੱਖਣੀ ਹੈ ਕਿਸੇ ਵੀ ਸ਼ਬਦ ਦੇ ਪਿੱਛੇ ٹی اے ਬੀ ਐਲ ਆ ਜਾਵੇ ਇਹਨੂੰ ਆਪਾਂ ਨੇ ਟੇਬਲ ਨਹੀਂ ਕਹਿਣਾ ਇਹਦਾ ਸਹੀ ਉਚਾਰਨ ਹੁੰਦਾ ਹੈ ਟਬਲ ਨਾਟ ਟੇਬਲ ਟਬਲ ਜਿਵੇਂ ਆਪਾਂ ਆਮ ਬੋਲ ਦਿੰਦੇ ਹਾਂ ਕੰਫਰਟੇਬਲ ਕੰਫਰਟੇਬਲ ਨਹੀਂ ਹੁੰਦਾ ਕੰਫਰਟੇਬਲ ਸਿਊਟੇਬਲ ਨਹੀਂ ਹੁੰਦਾ ਸਿਊਟੇਬਲ ਇਸੇ ਤਰੀਕੇ ਨਾਲ ਡਿਲੇਕਟੇਬਲ ਨਹੀਂ ਹੁੰਦਾ ਇਹਨੂੰ ਆਪਣੇ ਦਿਮਾਗ ਦੇ ਵਿੱਚ ਬਿਠਾ ਲਓ ਡਿਲੇਕਟੇਬਲ ਨਹੀਂ ਹੈ ਡਿਲੇਕਟੇਬਲ ਨੰਬਰ 5 ਦੇ ਉੱਪਰ P A L A T A B L E ਪੈਲੇਟੇਬਲ ਇਹਨੂੰ ਇਹ ਨਹੀਂ ਕਹਿਣਾ ਪੈਲੇਟੇਬਲ ਇਟਸ ਪੈਲੇਟੇਬਲ ਇਹ ਟੈਕ ਚੀਜ਼ ਹੋਰ ਤੋਂ ਨੂੰ ਦੱਸਣ ਦਾ ਹ ਜਿਵੇਂ ਮੇਜ ਹੁੰਦਾ ਹੈ ਉਹਦੀ ਇੰਗਲਿਸ਼ ਹੁੰਦੀ ਹੈ ਟੇਬਲ ਤਾਂ ਸਟੂਡੈਂਟਸ ਪੁੱਛਦੇ ਹਨ ਕਿ ਉਹ ਵੀ ਟਬਲ ਹੋਏਗੀ ਨਹੀਂ 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 टेबल ही होंगे है किसी शब्द के पीछे आ जाए तो उन्होंने आपने टेबल नहीं कहना चबल टैलाचेबल मीनस स्वादिष्ट एक्चुअली सुनया होगा एक वर्ड हूँ है तैलेट तालुआ जी चीज़ तालुओं में लग के वी लगे स्वाद लगे उस तो वर्ड की बन गया तैलाचेबल टैलाचेबल मीनस स्वादिष्ट अगला है यमी बहुत तुम सुनोगे शब्द यमी यमी मीनस भी की होंगे है टेस्टी ਨੈਕਸਟ ਐ ਸਾਡੇ ਕੋਲੇ ਸਕਰਮੀ S C R U M M Y ਸਕਰਮੀ ਆ ਭਾਗ ਇਹਨਾਂ ਨੇ ਕਿਦਾਂ ਦਾ ਲੱਗਿਆ 버ગર oh the burger was scrummy scrummy ਨੋਟ ਕਰ ਲੋ ਸਟੂਡੈਂਟਸ ਬਹੁਤ ਬਹੁਤ ਜ਼ਿਆਦਾ ਕਮ ਆਉਣਗੇ ਤਾਂ ਸਾਡੇ ਕੋਲੇ ਕੁਝ ਕੁ ਵਰਡਸ ਬਚੇ ਨੇ ਹੋਰ ਯਮੀ ਤੋਂ ਬਾਅਦ ਸਕਰਮੀ ਸਕਰਮੀ ਤੋਂ ਬਾਅਦ ਇੱਕ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਉਹ ਮੈਂ ਲਿਖ ਦਿੰਦਾ ਇੱਥੇ ਹਾਲੇ ਤੱਕ ਮੈਨੂੰ ਬੋਲਿਆ ਨਹੀਂ इट इज स्पेलिंग ने नोट कर लो यू एम पी टी आई ओ एस सक्रमशस बड़ा ही स्वाद बहुत स्वाद सक्रमशस आपका कहना वे फूड कि रेस्टोरेंट का ओ सक्रमशस सखरश मीनस सक्रमशस कि वर्ड आ गया साढ़े को सखरुआमशस चलो इन्हों वर्गे मैं कुछ होर लिख दिता इतने फिंगर लिकिंग ਫਿੰਗਰ ਲਿਕਿੰਗ ਫੂਡ ਲਿਕ ਨੂੰ ਪੰਜਾਬੀ ਦੇ ਵਿੱਚ ਆਪਾਂ ਚਟਨਾ ਬੋਲ ਦਿੰਦੇ ਹਾਂ ਫਿੰਗਰ ਲਿਕਿੰਗ ਫੂਡ ਮੀਨਸ ਉਹ ਫੂਡ ਅਸੀਂ ਉਂਗਲੀਆਂ ਚੱਟਦੇ ਰਹਿ ਗਏ ਫਿੰਗਰ ਲਿਕਿੰਗ ਓਕੇ ਸਾਡੇ ਕੋਲ ਲਾਸਟ ਹੈ ਮਾਊਥ ਡਰੂਲਿੰਗ ਮਾਊਥ ਡਰੂਲਿੰਗ ਐਕਚੁਅਲੀ ਇਹਨੂੰ ਸਮਝਣ ਦੇ ਲਈ ਨਾ ਤੁਸੀਂ ਇਹ ਦੇਖੋ ਇੱਕ ਸ਼ਬਦ ਹੁੰਦਾ ਹੈ ਡਰੂਲ D R O O L ਡਰੂਲ ਡਰੂਲ ਦਾ ਮਤਲਬ ਹੁੰਦਾ ਹੈ ਲਾਰਾ ਟਪਕਨੀਆਂ ਮੂੰਹ ਚੋਂ ਪਾਣੀ ਆਉਣਾ ਤਾਂ ਮਾਊਥ ਡਰੂਲਿੰਗ ਫੂਡ ਮੁੱਚੋ ਪਾਣੀ ਆ ਲੱਗ ਜਾਂਦਾ ਹੈ ਜਿਸ ਦਾ ਨਾਮ ਸੁਣਦੇ ਹੀ ਦੇਖਦੇ ਹੀ ਇਹਨੂੰ ਮਾਉਥ ਵਾਟਰਿੰਗ ਵੀ ਆਪਾਂ ਕਹਿ ਦਿੰਦੇ ਹਾਂ ਕੀ ਕਹਿ ਨੰਦੇ ਹਾਂ ਮਾਉਥ ਵਾਟਰਿੰਗ ਬਹੁਤ ਨੇ ਤਾਂ ਇਹਨਾਂ ਦੇ ਵਿੱਚੋਂ ਮੈਂ ਮੇਨ ਮੈਂ ਤੁਹਾਨੂੰ ਕਰਵਾ ਦਿੱਤੇ ਕਿਉਂਕਿ ਟੇਸਟੀ ਵਰਡ ਐਸਾ ਹੈ ਜੋ ਸਾਡੀ ਲਾਈਫ ਦੇ ਵਿੱਚ ਬਹੁਤ ਆਉਂਦਾ ਹੈ ਤਾਂ ਆਪਾਂ ਨੇ ਕਹਿਣਾ ਹੋਵੇ ਤਾਂ 버ਗਰ ਵਾਸ ਟੇਸਟੀ ਕਾਫੀ ਕੁਝ ਆਪਾਂ ਕਹਿ ਸਕਦੇ ਹਾਂ ਡਿਲੀਸ਼ੀਅਸ ਡਿਲੇਸ਼ ਯਮੀ ਗ੍ਰਮੀ ਗ੍ਰਮਸ਼ੀਅਸ ਪੈਲੇਟੇਬਲ ਟੂਥਸਮ ਡਿਲੇਕਟੇਬਲ scrumptious finger licking mouth rolling vagera vagera is to baat main kar rahe the ye bhi das denda ha jivein ke tasty de liye aapane words sune pade tasty means swad jehdi cheez swad nahi hundi bekar hundi hai khane de vich to onu english te vich aap cafe kuch keh dende ha par itthe ek shabd note kar lo students oh hai yaki yaki beswadi cheez ਤਾਂ ਜਦੋਂ ਸਾਨੂੰ ਕੋਈ ਚੀਜ਼ ਬੇਸਵਾਦੀ ਲੱਗੇ ਤਾਂ ਉਹਨੂੰ ਆਪਾਂ ਕੀ ਕਹਿੰਦੇ ਹਾਂ ਯਾਕੀ ਆਪਾਂ ਕਹਿੰਦੇ ਕਿ ਕਿਵੇਂ ਲੱਗਿਆ ਤੁਹਾਨੂੰ ਫੂਡ oh the food was yucky yucky means ਬੇਸਵਾਦੀ ਇਹਨੂੰ ਨੋਟ ਕਰ ਲਓ yucky means ਬੇਸਵਾਦਾ ਜਾਂ ਬੇਸਵਾਦੀ ਚੀਜ਼ ਨੂੰ ਆਪਾਂ ਕੀ ਕਹਿੰਦੇ ਹਾਂ ਯਾਕੀ ਸੋ ਜਿਵੇਂ ਕਿ ਆਪਾਂ ਅਕਸਰ ਕਹਿੰਦੇ ਹਾਂ ਕਿ ਆ ਯਮੀ ਇਹਦਾ ਆਪੋਜ਼ਿਟ ਕੀ ਆ ਗਿਆ ਸਾਡੇ ਕੋਲ ਇੱਥੇ ਆ ਯਾਕੀ याखी के स्पेलिंग ने वाई यू के वाई अच्छा यखी तो ना एक वर्ड बनता है एक, एक एक्सप्रेशन बनता है वो है यक या कई बार आप भी कह देंगे यख यकते दिस इंस यक यू यक। हाँ यक यक। नोट कर लो हूं यक या, या यक यक की चीज़ होंगी है पहली गलता किसी आप चीज़ नहीं कहते हैं एक तरह का एक्सप्रैशन है ਤੁਸੀਂ ਇਹਦੀ ਜੇ ਪੰਜਾਬੀ ਚਾਹੁੰਦੇ ਹੋ ਤੈਨੂੰ ਪੰਜਾਬੀ ਦੇ ਵਿੱਚ ਆਪਾਂ ਕਹਿ ਦਿੰਦੇ ਹਾਂ ਚਲੋ ਛੀ ਜਾਂ ਛੀ ਮੈਂ ਇਹਨੂੰ ਇੱਕ ਐਗਜ਼ਾਮਪਲ ਦੇ ਤੌਰ ਤੇ ਸਮਝਾਉਣਾ ਹਾਂ ਮੰਨ ਲਓ ਆਪਾਂ ਕਹਿਣਾ ਹੋਵੇ ਆ ਆਪਣੇ ਸਾਹਮਣੇ ਮੰਨ ਲਓ ਮੈਂ ਨਾਨ-ਵੈਜੀ ਨਹੀਂ ਖਾਂਦਾ ਮੇਰੇ ਸਾਹਮਣੇ ਕੋਈ ਐਸੀ ਨਾਨ-ਵੈਜੀਟੇਰੀਅਨ ਆਈਟਮ ਲੈ ਆ ਕੇ ਰੱਖ ਦਿੱਤੀ ਤੇ ਮੈਨੂੰ ਪਤਾ ਨਹੀਂ ਲੱਗਿਆ ਨਾਨ-ਵੈਜੀ ਤੇ ਮੈਂ ਜਦੋਂ ਖਾਣ ਲੱਗਿਆ ਤੇ ਮੈਨੂੰ ਦੱਸਿਆ ਕਿ ਤਾਂ ਨਾਨ-ਵੈਜ ਹੈ ਤੇ ਮੈਂ ਕੀ ਕਿਹਾ ਓ ਯਕ ਮੈਨੂੰ ਇਹ ਚੀਜ਼ ਪਸੰਦ ਹੈਗੀ आक मीनस छीची नैनी चीज़ खा हम आई थिंक समझ आ गया होगा याक्यक मीनस की होंगे है छीची ओके याकयक मीनस की आ गया साढ़े को छीछी खाण पीन चीज़ा यूज करते हाँ अच्छा यदा ऑपोजिट हूँ है यमयम यम। जो सू चीज़ स्वाद लगे तो आप आम तौर पर जिमें पंजाबी आप देने आह हा परौठे बनाए ने अच्छ तो वह अंग्रेज तो हम नहीं कहने आह आह ਉਹ ਆਮ ਤੌਰ ਤੇ ਕੀ ਕਹਿੰਦੇ ਹਨ ਓ ਯਮ ਯਮ ਜਿਹੜੀ ਚੀਜ਼ ਖਾਣ ਦੇ ਵਿੱਚ ਸਾਨੂੰ ਸਵਾਦ ਲੱਗੇ ਤਾਂ ਉਹ ਸਵਾਦ ਦੇ ਐਕਸਪ੍ਰੈਸ਼ਨ ਨੂੰ ਦਰਸਾਉਣ ਦੇ ਲਈ ਅਸੀਂ ਕੀ ਕਹਿੰਦੇ ਹਾਂ ਓ ਯਮ ਯਮ ਤਾਂ ਯਮ ਯਮ ਦਾ ਆਪੋਜ਼ਿਟ ਕੀ ਆ ਗਿਆ ਸਾਡੇ ਕੋਲੇ ਯਕ ਯਕ ਓਕੇ ਸਟੂਡੈਂਟਸ ਸਾਡਾ ਅੱਜ ਦਾ ਲਾਸਟ ਸੈਕਸ਼ਨ ਹੈ ਪ੍ਰੋਨੰਸੀਏਸ਼ਨ ਉਚਾਰਨ ਅਸੀਂ ਇਹ ਦੇਖਦੇ ਹਾਂ ਕਿ ਬਹੁਤ ਸਾਰੇ ਸ਼ਬਦ ਅਸੀਂ ਗਲਤ ਉਚਾਰਦੇ ਹਾਂ ਜਿਵੇਂ ਕਿ ਆਪ ਆਪਾ आज तीन एग्जाम्पल्स लवेंगे इस क्लास केस पी ई सी आई एल आई टी वाई तो इस क्लास का मकसद है तो इंग्लिश स्किल्स में इम्प्रूव करना एक है मैं एक चीज़ होर दस तो तू इस कलास के जो स्टूडेंट्स ए फुल कोर्स करना चाहते हैं इंग्लिश स्पीकिंग स्टूडेंट्स ब्रिल्स ਐਕਸਪ੍ਰੈਸ ਜੋ ਆਪਣਾ ਨਿਊਜ਼ਪੇਪਰ ਹੈ ਉਹਨੂੰ ਸਬਸਕ੍ਰਾਈਬ ਕਰ ਸਕਦੇ ਹਨ ਜੋ ਉਹਨਾਂ ਨੂੰ ਸਬਸਕ੍ਰਾਈਬ ਕਰ ਦਿੰਦੇ ਹਨ ਉਹਨਾਂ ਦੇ ਲਈ ਇਹ ਫ੍ਰੀ ਆਫ ਕਾਸਟ ਹੈ ਤਾਂ ਬਹੁਤ ਹੀ ਸਿੰਪਲ ਹੈ ਤੁਸੀਂ ਬ੍ਰਿਲਸ ਐਕਸਪ੍ਰੈਸ ਦਾ ਐਪ ਡਾਊਨਲੋਡ ਕਰੋ ਤੇ ਉਹਨੂੰ ਤੁਸੀਂ ਸਬਸਕ੍ਰਾਈਬ ਕਰੋ ਜਿਸ ਦੀ ਸਬਸਕ੍ਰਿਪਸ਼ਨ ਫੀਸ ਬਹੁਤ ਘੱਟ ਹੈ ਜਸਟ 300 ਫਾਰ 2 ਮੰਥਸ ਤਾਂ ਤੁਹਾਨੂੰ ਇਹ ਸਾਰੇ ਦਾ ਸਾਰਾ ਇੰਗਲਿਸ਼ ਸਪੀਕਿੰਗ ਦਾ ਕੋਰਸ ਤੁਹਾਨੂੰ ਉਹਦੇ ਵਿੱਚ ਕਰਵਾਇਆ ਜਾਵੇਗਾ फ्री ऑफ कॉस्ट हर रोज वीडियोस सेंड की एंड ट्रस्ट मी इट्स गोइंग टू बी एक्सट्रीमली हेल्पफुल फॉर यू ओके तो आप चलते इतना साब्द है एस पी ई सी आई ए एल आई टी वाई एनु मैं देखा है बहुत सारे लोग बोलते हैं स्पैशलिटी बहुत सारे लोग बोल हैं स्पैशलिटी जी थोड़ी तो की स्पैशलिटी है जी उसकी की स्पैशलिटी है जो उस रैसटोर की स्पैशलिट है इस चीज़ दुत सारे स्पैशलिटीज गलत स्पैशलिटी नहीं कहना आपने ज सुनना है गलत है स्पैशलिटी नहीं होंगे यदि सही एक्सेंट सही उच्चारण है। होंपैशीएलिटी मैं दो तीन बार बोल के दसदा हाँ तेजे याद हो जाए स्पैशीलिटी कहों तो लमका के बोलना है स्पैशलिटी नहीं स्पैशीएलिटी तो आप कहों ओ वॉट्स योर स्पैशलिटी ओ वट्स योर स्पैशलिटी ना कि वट्स योर स्पैशलिटी आपका कहना हो ओदे विच बहुत सारिया खूबिया कहने की बजाय ही हैज़ मैनी स्पैशलिटीज अज तो बाद कहना है ही हैज मैनी स्पैशलिटीज की क्या मैंने ही हैज मैनी स्पैशलिटीज़

R E N D E Z V O U S ਹੁਣ ਇਹਦਾ ਸਹੀ ਉਚਾਰਨ ਕੀ ਹੈ ਦੇਖਣ ਚ ਤਾਂ ਲੱਗਦਾ ਹੈ ਰੈਂਡਰਜ਼ ਹਾਊਸ ਨਹੀਂ ਇਹ ਨਹੀਂ ਹੁੰਦਾ ਜਦੋਂ ਮੈਂ ਇਹਦਾ ਸਹੀ ਉਚਾਰਨ ਦੱਸਾਂਗਾ ਤਾਂ ਬਿਲਕੁਲ ਡਿਫਰੈਂਟ ਆਏਗਾ R E N D E Z V O U S ਤੇ ਇਹਦਾ ਸਹੀ ਉਚਾਰਨ ਹੈ ਰੋਂਡਵੂ ਓ ਮੈਂ ਕੀ ਕਿਹਾ ਰੋਂਡਵੂ ਇਹਨੂੰ ਪਿੱਛੇ ਆਪਾਂ ਨੇ ਵੂ ਦੀ ਸਾਊਂਡ ਕੱਢਣੀ ਹੈ ਵਾਉਸਨੀ ਤਾਂ ਇਹ ਹੈ ਰੋਂਡੈਵੂ ਇਹਦੇ ਵਿੱਚ ਆਪਾਂ ਜੈਡ ਨਹੀਂ ਬੋਲਦੇ ਤਾਂ ਤੁਸੀਂ ਇਹ ਨਹੀਂ ਕਹਿਣਾ ਰੈਂਡਰਸ ਹਾਉਸ ਰੋਂਡੈਵੂ ਰੋਂਡੈਵੂ ਮੈਂ ਫੇਰ ਬੋਲ ਦਿੰਦਾ ਹਾਂ ਕੀ ਕਹੇ ਮੈਨੇ ਰੋਂਡੈਵੂ ਹੁਣ ਹੁੰਦਾ ਕੀ ਹੈ ਇਹ ਆਪਾਂ ਉਹਨੂੰ ਚੰਗੀ ਤਰ੍ਹਾਂ ਸਮਝਦੇ ਹਾਂ ਕਿ ਰੋਂਡੈਵੂ ਕੀ ਚੀਜ਼ ਹੁੰਦੀ ਹੈ ਤਾਂ ਸਪੈਸ਼ialਟੀ ਆਪਾਂ ਸਿਕਲੈਰਸੀ ਇਹਨੂੰ ਆਪਾਂ ਰੱਬ ਕਰ ਦਿੰਦੇ ਹਾਂ ਰੋਂਡੈਵੂ ਕੀ ਚੀਜ਼ ਹੁੰਦੀ ਹੈ ਆਓ ਇਹਨੂੰ ਅੱਛੀ ਤਰ੍ਹਾਂ ਸਿੱਖੀਏ ਪਹਿਲੀ ਗੱਲ ਇਹਨੂੰ ਆਪਾਂ ਨੇ ਫਿਰ ਮੈਂ ਬੋਲ ਦਿੰਦਾ ਹਾਂ ਕੀ ਕਹਿਣਾ ਹੈ ਰੋਂਡੋਵੋ ਅਸਲ ਦੇ ਵਿੱਚ ਤੁਸੀਂ ਇਹਨੂੰ ਆਸਾਨ ਪੰਜਾਬੀ ਚ ਲਿਖ ਲਓ ਤੁਸੀਂ ਇਹਨੂੰ ਵੈਨਿਊ ਕਹਿ ਸਕਦੇ ਹੋ ਵੈਨਿਊ ਕੋਈ ਫੰਕਸ਼ਨ ਦਾ ਵੈਨਿਊ ਕੋਈ ਮੀਟਿੰਗ ਦਾ ਵੈਨਿਊ ਕੋਈ ਸਮਾਰੋਹ ਦਾ ਸਥਾਨ ਕੋਈ ਮੀਟਿੰਗ ਦਾ ਸਥਾਨ ਜਿੱਥੇ ਆਪਾਂ ਨੇ ਕੋਈ ਮੀਟਿੰਗ ਕਰਨੀ ਹੈ ਆਪਾਂ ਨੇ ਤੈਅ ਕੀਤਾ ਕਿ ਆਪਾਂ ਉੱਥੇ ਜਾ ਕੇ ਸਾਰਿਆਂ ਨੇ ਇਕੱਠਿਆਂ ਨੇ ਹੋ ਕੇ ਮਿਲਣਾ ਹੈ ਤਾਂ ਜੇ ਮੈਂ ਆਸਾਨ ਪੰਜਾਬੀ ਤੁਹਾਨੂੰ ਸਮਝਾਵਾਂ ਤਾਂ ਤੁਸੀਂ ਇਹਨੂੰ ਵੈਨਿਊ ਲਿਖ ਲਓ ਤਾਂ ਜਦੋਂ ਤੁਸੀਂ ਵੈਡਿੰਗ ਕਾਰਡਸ ਦੇ ਉੱਤੇ देखोगे तो उसे लिखा होंगे रोंडिवू मतलब वेन्यू, व्या रस्मा वि रस्म होएगा तो मैरिज पैलेस का नाम लिखा होंगे है कोई भी पैलेस नाम लिखा होंगे नीचे तो अच आपको यह पता लग गया कि अच्छा कि इन आपने रेंडर्स वाउस नहीं कहना की कहना है दिस इज रोंडिवो तो इन एक बार तुम खुद बोल के देखो कि वर्ड है रोंडिवो फिर बोलो रोंडवो का मतलब की है वेन्यू जगह जिथे कोई समारोह कोई या फंक्शन आपने मिथ्या है साड़ा अच्छा लास्ट वर्ड है जिन्हों के लोग बहुत गलत बोलते हैं आर आई जी एच टी नी अगे भी है ओ यू एस ए वर्ड मैं देखा है बहुत सारे लोग गलत बोलते हैं क्योंकि यह बनया राइट तो है तो देखने लगता है कि यदा सही उच्चारण होएगा राइट पर नहीं ਹੈਰਾਨੀ ਦੀ ਗੱਲ ਹੈ ਇਹਨੂੰ ਤੁਸੀਂ ਰਾਈਟਰਸ ਨਹੀਂ ਕਹਿਣਾ ਇਹ ਰਾਈਟਰਸ ਨਹੀਂ ਹੁੰਦਾ ਇਹਦੇ ਵਿੱਚ ਰਾਈਟਰਸ ਦੀ ਸੈਂਸ ਨਹੀਂ ਨਿਕਲਦੀ ਅਸਲ ਦੇ ਵਿੱਚ ਇਹਦੇ ਵਿੱਚ ਚੌਥੀ 사운ਡ ਨਿਕਲਦੀ ਹੈ ਰਾਈਚਸ ਯੈਸ ਰਾਈਚਸ ਮੈਂ ਫੇਰ ਬੋਲ ਦਿੰਦਾ ਹਾਂ ਸਾਰਾ ਮੈਨੇ ਉਚਾਰਨ ਨਹੀਂ ਲਿਖਿਆ ਸਿਰਫ ਮੇਨ ਚੀਜ਼ ਦੱਸੀ ਹੈ ਕਿ ਇਹ ਹੈ ਰਾਈਚਸ ਇਹਦਾ ਮੀਨਿੰਗ ਕੀ ਹੈ ਉਹ ਮੈਂ ਸਮਝਾ ਦਿੰਦਾ ਹਾਂ ਪਹਿਲਾਂ ਇਹਨੂੰ ਚੰਗੀ ਤਰ੍ਹਾਂ ਸਿੱਖ ਲੋ ਜੇ ਵਰਡ ਨੂੰ ਤੈਨੂੰ ਬੋਲਣਾ ਨਹੀਂ ਆਉਂਦਾ ਤਾਂ ਇਹਨੂੰ ਚੰਗੀ ਤਰ੍ਹਾਂ ਸਿੱਖ ਲਓ ਇਹਨੂੰ ਆਪਾਂ ਨੇ ਅੱਜ ਰਾਈਟਰਸ ਨਹੀਂ ਕਹਿਣਾ ਅੱਜ ਤੋਂ ਬਾਅਦ ਇਹਦਾ ਸਹੀ ਉਚਾਰਨ ਹੈ ਰਾਈਚਸ ਰਾਈਚਸ ਹੁਣ ਆਪਾਂ ਇਹ ਦੇਖਦੇ ਹਾਂ ਕਿ ਰਾਈਚਸ ਕੀ ਹੁੰਦਾ ਹੈ ਰਾਈਚਸ ਨੂੰ ਆਪਾਂ ਜੇ ਇੰਗਲਿਸ਼ ਤੋਂ ਇੰਗਲਿਸ਼ ਲਿਖਣਾ ਹੋਵੇ ਮੈਂ ਤੁਹਾਨੂੰ ਅੱਛੀ ਤਰ੍ਹਾਂ ਸਮਝਾ ਦਿੰਦਾ ਹਾਂ ਤਾਂ ਮੋਰਲੀ ਕਰੈਕਟ ਯਾ ਗੁੱਡ ਕਿਹਾ ਜਾਂਦਾ ਹੈ ਇੱਕ ਨੈਥਿਕ ਤੌਰ ਤੇ ਸਹੀ ਐਗਜ਼ੈਂਪਲ ਤੋਂ ਬਿਨਾ ਕਈ ਵਾਰ ਸਮਝ ਨਹੀਂ ਆਉਂਦਾ ਸਾਨੂੰ ਆਪਾਂ ਇੱਕ ਛੋਟੇਰ ਐਗਜ਼ੈਂਪਲ ਲੈ ਲੈਂਦੇ ਹਾਂ ਹੀ ਇਜ਼ ਅ ਰਾਈਚਸ ਹੀ ਇਜ਼ ਅ ਰਾਈਚਸ ਮੈਨ ਤਾਂ ਇਹਨੂੰ ਬਹੁਤ ਸਾਰੇ ਲੋਕ ਕੀ ਕਹਿ ਦਿੰਦੇ ਹਨ ਹੀ ਇਜ਼ ਅ ਰਾਈਟਰਸ ਮੈਨ ਨਹੀਂ ਹੀ ਇਜ਼ ਅ ਰਾਈਚਸ ਮੈਨ ਇਹਦਾ ਮਤਲਬ ਉਹ ਨੈਤਿਕ ਤੌਰ ਤੇ ਸਹੀ ਆਦਮੀ ਹੈ ਮਤਲਬ ਨੈਤਿਕ ਤੌਰ ਤੇ ਸਹੀ ਹੈ ਹੁਣ ਆਪਾਂ ਸਮਝ ਗਏ ਨੈਤਿਕ ਤੌਰ ਤੇ ਸਹੀ ਦੇ ਲਈ ਕਿਹੜਾ ਵਰਡ ਆ ਗਿਆ ਸਾਡੇ ਕੋਲੇ ਰਾਈਚਸ ਨਾ ਕਿ ਰਾਈਚਸ ਤਾਂ ਅੱਜ ਦੀ ਕਲਾਸ ਦੇ ਵਿੱਚ ਆਪਾਂ ਨੇ ਤਿੰਨ ਉਚਾਰਨ ਸਿੱਖੇ ਫਸਟ ਆਪਾਂ ਨੇ ਸਿੱਖਿਆ ਸਪੈਸ਼ialਟੀ ਨਾ ਕਿ ਸਪੈਸ਼ialਟੀ ਫਿਰ ਆਪਾਂ ਨੇ ਸਿੱਖਿਆ ਰੋਂਡਿਵੂ ਜਿਹਨੋਂ ਕਿ ਬਹੁਤ ਸਾਰੇ ਲੋਕੀ ਰੈਂਡਰਸ ਵਾਉਸ ਬੋਲ ਦਿੰਦੇ ਹਨ ਜੋ ਕਿ ਵੈਡਿੰਗ ਕਾਰਡਸ ਦੇ ਉੱਪਰ ਬਹੁਤ ਆਉਂਦਾ ਹੈ ਜਿਸ ਦਾ ਮਤਲਬ ਉਸੇ ਵੈਨਿਊ ਤੇ ਫਿਰ ਆਪਾਂ ਨੇ ਇਹ ਵਰਡ ਸਿੱਖਿਆ ਜੋ ਹੈ ਰਾਈਚਸ ਨਾ ਕਿ राइट अस आज ही डाउनलोड ਕਰੋ ब्रिल्स एक्सप्रेस ਐਪ ਨੂੰ ਇਸ ਦਾ ਲਿੰਕ ਨੀਚੇ ਡਿਸਕ੍ਰਿਪਸ਼ਨ ਦੇ ਵਿੱਚ ਥੋੜੇ ਲਈ ਦਿੱਤਾ ਗਿਆ ਹੈ